ਪੰਜਾਬ ਵਿੱਚ ਛੋਟੇ ਬੱਚਿਆਂ ਨੂੰ ਖੇਡਾਂ ਦੇ ਪ੍ਰਤੀ ਜਾਗਰੂਕ ਕਰਨ ਲਈ ਅਤੇ ਨਸ਼ਿਆਂ ਤੋਂ ਦੂਰ ਕਰਨ ਲਈ ਅੰਮ੍ਰਿਤਸਰ ਵਿੱਚ ਛੋਟੇ ਬੱਚਿਆਂ ਦੀਆਂ ਕੁਸ਼ਤੀਆਂ ਦੇ ਮੁਕਾਬਲੇ ਵਿਨੇ ਪਹਿਲਵਾਨ ਵੱਲੋਂ ਕਰਵਾਏ ਗਏ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਜਨਰਲ ਸਕੱਤਰ ਕਾਂਗਰਸ ਵਿਧਾਨ ਸਭਾ ਤੋਂ ਵਿਵੇਕ ਕੁਮਾਰ ਹੈਰੀ ਵੀ ਪਹੁੰਚੇ ਅਤੇ ਉਹਨਾਂ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਵਿਜੇਤਾ ਰਹੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਹ ਕੁਸ਼ਤੀ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਇਹ ਕੁਸ਼ਤੀ ਮੁਕਾਬਲੇ ਹਰ ਹਫ਼ਤੇ ਕਰਵਾਏ ਜਾਂਦੇ ਹੈ। ਇਹਦਾ ਮਕਸਦ ਇਹ ਆ ਬੱਚਿਆਂ ਨੂੰ ਨਸ਼ਿਆਂ ਪੱਤਿਆਂ ਤੋਂ ਦੂਰ ਰੱਖਣਾ। ਇਹ ਹਰ ਹਫ਼ਤੇ ਹੀ ਕਰਾ ਰਹੇ ਹਾਂ ਕੰਪੀਟੀਸ਼ਨ। ਕਿੱਥੋਂ ਕਿੱਥੋਂ ਦੇ ਪਲੇਅਰ ਬੁਲਾਏ ਜਾ ਰਹੇ ਆ? ਪੂਰੇ ਅੰਮ੍ਰਿਤਸਰ ਦੇ ਪਲੇਅਰ ਆਉਂਦੇ ਆ ਜੀ। ਕੋਈ ਨੈਸ਼ਨਲ ਖੇਡਿਆ, ਇੰਡੀਆ ਖੇਡਿਆ ਵਾ, ਪੰਜਾਬ ਖੇਡਿਆ ਵਾ, ਸਾਰੇ ਪਲੇਅਰ ਆਉਂਦੇ ਆ। ਜਿਹੜਾ ਕਿ ਇੱਥੇ ਕੁਸ਼ਤੀਆਂ ਕਰਾ ਰਹੇ ਨੇ ਵਿਲੇ ਭਵਾਨ ਜੀ ਔਰ ਉਹਨਾਂ ਦੇ ਨਾਲ ਸਾਥੀ ਕਾਫੀ ਰਲ ਕੇ ਲੋਹੜੀ ਗੇਟ ਦੇ, ਚਲੋ ਜੋ ਵੀ ਨੌਜਵਾਨ ਆਪਣੀ ਪੀੜ੍ਹੀ ਹੈ ਆਪਣੀ ਅੱਛੀ ਬੱਚਿਆਂ ਨੂੰ ਸੁਸਾਇਟੀ ਨੂੰ ਅੱਛੇ ਲੈ ਕੇ ਆ ਰਹੇ ਨੇ, ਬਹੁਤ ਵਧੀਆ ਕੰਮ ਕਰ ਰਹੇ ਨੇ। ਅਸੀਂ ਲੋਕਾਂ ਨੇ ਪੰਜਾਬ ਨੂੰ ਨਸ਼ਾ ਕਹਿ ਕੇ ਅਸੀਂ ਲੋਕਾਂ ਨੇ ਆਪਣਾ ਪੰਜਾਬ ਆਪ ਹੀ ਬਦਨਾਮ ਕਰ ਲਿਆ, ਕਿਉਂਕਿ ਪੰਜਾਬ ਦੇ ਵਿੱਚ ਅੱਜ ਵੇਖਿਆ ਜਾਵੇ ਤਾਂ ਹਰ ਮੁਹੱਲੇ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ 35 ਅਖਾੜੇ ਨੇ, 35 ਅਖਾੜਿਆਂ ਦੇ ਵਿੱਚ ਬੱਚੇ ਕਿਸ ਤਰ੍ਹਾਂ ਭਲਵਾਨੀ ਕਰ ਰਹੇ ਨੇ। ਐਸੀ ਗੱਲ ਨਹੀਂ, ਚੰਦ ਜਿਹੜੇ ਲੜਕਿਆਂ ਨੇ ਨਸ਼ਾ ਕਰਕੇ ਆਪਣਾ ਸਾਰਾ ਪੰਜਾਬ ਬਦਨਾਮ ਕਰਤਾ, ਪਰ ਐਸੀ ਕੋਈ ਗੱਲ ਨਹੀਂ, ਨਸ਼ਾ ਤਾਂ ਹਰ ਜਗ੍ਹਾ ਹੈਗਾ। ਤੁਸੀਂ ਬਾਹਰ ਕੰਟਰੀਆਂ ਦੇਖ ਲਓ ਜਾ ਕੇ, ਕੰਟਰੀਆਂ ਦੇ ਵਿੱਚ ਲੇਡੀਜ਼ ਵੀ ਨਸ਼ੇ ਕਰ ਰਹੀਆਂ, ਉੱਥੇ ਮੁਕਾਬਲੇ ਦੇ ਨਾਲ ਸਾਡੀ ਦੇਖੋ ਸਾਡੀ ਲੇਡੀਜ਼ ਨਹੀਂ ਨਸ਼ਾ ਕਰਦੀ। ਇਸ ਕਰਕੇ ਜਿਹੜੀ ਚੰਗੀ ਪੀੜ੍ਹੀ ਨੂੰ ਅੱਛੇ ਪਾਸੇ ਲੈ ਕੇ ਜਾ ਰਹੇ ਨੇ, ਬਹੁਤ ਵਧੀਆ ਕੰਮ ਕਰ ਰਹੇ, ਅਸੀਂ ਇਹਨਾਂ ਦੇ ਨਾਲ ਹੈ, ਸਾਡਾ ਸਹਿਯੋਗ ਨਾਲ ਹੈ। ਅੰਮ੍ਰਿਤਸਰ ਤੋਂ ਕੈਮਰਾਮੈਨ ਦੀਪਕ ਬਜਾਜ ਦੇ ਨਾਲ ਅਮਰਿੰਦਰ ਸਿੰਘ, ਜੀਵੇ ਪੰਜਾਬ ਟੀਵੀ।